ਮੈਨੂੰ ਕਹਿੰਦਾ ਕਿ ਬੱਚੂ ਕਹਿੰਦਾ ਕਿ ਟੀਵੀ ਬਟਨ ਕਹੋ ਗੋਗੀ ਬਟਨ ਮਰਵਾ ਦੇਵੇ, ਅਸੀਂ ਸੁਲਾਹ ਕਰ ਲੈਂਦੇ। ਅੱਛਾ ਜੀ, ਤੇ ਨਹੀਂ ਤਾਂ ਸਾਨੂੰ ਟੀਵੀ ਬਟ ਕਵੇ ਸੀ ਗੋਗੀ ਬਟ ਨੂੰ ਮਰਵਾ ਦੇਣੇ ਤੇ ਅਸੀਂ ਸੁਲਾਹ ਕਰ ਲੈਂਦੇ। ਠੀਕ ਹੈ, ਮੈਂ ਕਵੇ ਉਹਨੂੰ ਕਹਿ ਦੇਵੀ ਆਪਣੇ ਘਰ ਦਾ ਮੱਛਰ ਨੀ ਕਿਸੇ ਨੂੰ ਮਾਰਨ ਦਿੰਦਾ, ਤੇ ਉਹ ਤਾਂ ਗੋਗੀ ਬਟ ਹੀ। ਸਹੀ ਹੈ, ਸਹੀ ਹੈ। ਇਹ ਕੁਰਾਨੇ ਪਾਕ ਹਾਂਜੀ ਲੁਹਾਰੀ ਮੱਝੇ ਦੀ ਉੱਥੋਂ ਦੇ ਰਹਿਣ ਵਾਲਾ ਵੀ ਆਜ਼ਮ ਬਟ ਉੱਥੇ ਬਹਿ ਕੇ ਦੇ ਦੇਵੇ ਤੁਹਾਨੂੰ ਇੰਟਰਵਿਊ। ਠੀਕ ਹੈ, ਗੱਲ ਹੋਈ ਕਿ ਨਹੀਂ ਹੋਈ? ਠੀਕ ਹੈ ਬਾਈ। ਬੱਚੂ ਕੈਸਰ, ਕੈਸਰ ਦੀ ਗੱਲ ਤਿੰਨ ਸਾਲ ਪਹਿਲੇ ਦੀ, ਬੱਚੂ ਦੀ ਗੱਲ ਹੈਗੀ ਜਨਾਬ ਮਹੀਨਾ ਪਹਿਲੇ ਦੀ ਵਾਕਿਆ। ਕੌਣ? ਜੀ ਜੀ, ਮੈਂ ਕੋਈ ਐਸੀ ਕਮਿਟਮੈਂਟ ਅੱਡੇ ਵਾਲਿਆਂ ਨਾਲ ਮੇਰੀ ਹੋਈ ਤੇ ਮੈਂ ਦੌੜਿਆ ਵਾ, ਗੱਲ ਕਰ ਲੈਣ। ਸਹੀ ਹੈ। ਨਹੀਂ ਲੇਕਿਨ ਭੈਣ ਮੈਂ ਤੁਹਾਨੂੰ ਇੱਕ ਰਿਕੁਐਸਟ ਜਿਹੜੀ ਕਰ ਰਿਹਾ, ਮੈਂ ਤੁਹਾਨੂੰ ਪਤਾ ਕੀ ਕਹਿਣਾ ਚਾਹ ਰਿਹਾ ਭੈਣ, ਮੈਂ ਤੁਹਾਨੂੰ ਕਹਿਣਾ ਚਾਹ ਰਿਹਾ ਤੁਸੀਂ ਉਸ ਬੱਚੇ ਦਾ ਚਿਹਰਾ ਦੇਖਿਆ? ਮੇਰੀ ਉਹਨਾਂ ਨਾਲ ਮੁਲਾਕਾਤ ਕੋਈ ਨਹੀਂ ਜੀ, ਮਸਲ ਤਾਂ ਮੇਰੀ ਜ਼ਰੂਰ ਫੋਨ ਤੇ ਗੱਲ ਹੋਈ ਹੈ 3-4 ਦਫਾ, ਬਲਕਿ 5-6 ਦਫਾ ਹੋਈ ਹੈ, ਔਰ ਫਤਿਹ ਨਾਲ ਤਾਂ ਮੇਰੀ ਗੱਲ ਵੀ ਕਦੀ ਨਹੀਂ ਹੋਈ। ਭੈਣ ਮੈਨੂੰ ਨਾ ਆਪਣਾ ਬਚਪਨ ਯਾਦ ਆ ਗਿਆ ਜੇ, ਖੁਦਾ ਦੀ ਕਸਮੇ, ਮੈਂ 16 ਸਾਲ ਦਾ ਸਾਡੇ ਭਾਈ ਦੁਨੀਆਂ ਤੋਂ ਗਿਆ, 18 ਸਾਲ ਦਾ ਸਾਡੇ ਵਾਲਾ ਚਲਾ ਗਿਆ। ਮੈਂ ਕਹਿੰਦਾ ਵਾ ਅੱਜ ਮੈਂ ਕੰਨ ਫੜ ਫੜ ਕੇ ਨਾ, ਤੁਸੀਂ ਮੇਰੀਆਂ ਵੀਡੀਓ ਦੇਖਣਾ, ਮੈਂ ਕੰਨਾਂ ਨੂੰ ਹੱਥ ਲਾ ਲਾ ਕੇ ਤੁਹਾਡੇ ਕੋਲੋਂ ਮਾਫੀਆਂ ਮੰਗੀਆਂ, ਤੁਸੀਂ ਵੀਡੀਓ ਦੇਖਣਾ, ਤੁਹਾਨੂੰ ਪਤਾ ਲੱਗ ਜਾਏਗਾ। ਭੈਣ ਤੁਸੀਂ ਜਿੱਡੇ ਵੱਡੇ ਇਨਸਾਨ ਹੋ ਨਾ, ਤੁਹਾਨੂੰ ਅੱਲਾ ਦੀ ਜ਼ਾਤ ਨੇ ਜਿਹੜਾ ਨਾ ਦੇਖਣਾ, ਇਹਦਾ ਕਿੱਡਾ ਵੱਡਾ ਤੁਹਾਨੂੰ ਅੱਲਾ ਨੇ ਅਜਰ ਦੇਣਾ। ਤੁਸੀਂ ਆਪਣੀ ਜਗ੍ਹਾ ਤੁਸੀਂ ਨਹੀਂ ਇਹ ਗੱਲ ਕਹਿਣੀ ਕਿ ਜੀ ਮੈਨੂੰ ਕੋਈ ਮੈਨੂੰ ਮਾਫੀ ਤਲਾਫੀ ਮੇਰੀ ਕਰੋ ਜਾਂ ਮੇਰਾ ਕੇਸ ਮੁਕਾਓ, ਤੁਸੀਂ ਅੱਲਾ ਨੂੰ ਰਾਜ਼ੀ ਕਰਨਾ ਸੀ ਨਾ ਜੀ ਭੈਣ, ਕੇਸਾਂ ਦਾ ਮੈਨੂੰ ਕੋਈ ਮਸਲਾ ਨਹੀਂ ਜੇ ਅੱਲਾ ਦੀ ਮਿਹਰਬਾਨੀ ਨਾਲ ਜੀ ਭੈਣ, ਨਾ ਮੈਂ ਮਾਫੀ ਮੰਗਣਾ ਨਾ ਜੇ ਹਾਂ ਜੀ ਅੱਜ ਜਿੱਥੇ ਮੈਂ ਗਲਤੀ ਕੀਤੀ ਹੈ ਨਾ, ਹਾਂਜੀ ਉਹ ਮੈਂ ਰੇਡੀ ਵਾਲਾ ਕੋਲ ਮਾਫੀ ਮੰਗ ਲਾਂਗਾ। ਸਹੀ ਹੈ, ਸਹੀ ਹੈ, ਮੇਰੇ ਤੋਂ ਮਾਫਾ ਗਿਆ ਜੀ, ਕੋਈ ਗੱਲ ਨੀ ਜੀ ਜੀ ਹਾਂ ਜੀ ਹਾਂ, ਠੀਕ ਕਹਿ ਰਹੇ ਠੀਕ ਕਹਿ ਰਹੇ। ਤੇ ਬਾਈ ਜੀ ਸਿਰਫ ਮੈਂ ਤੁਹਾਨੂੰ ਜਿਹੜੀ ਗੱਲ ਕਰਨ ਡਿਆ, ਦੇਖੋ ਜਵੇਦ ਸਾਹਿਬ ਮੇਰੇ ਖਾਲਾਂ ਦੇ ਬੇਟੇ ਜੀ ਜੀ, ਮੇਰੇ ਬਨੋਈ ਜੀ ਜੀ, ਫੇਰ ਉਹ ਬੇਸ ਹੋ ਮੇਰੇ ਦੋਸਤ ਜੀ ਜੀ, ਮੈਂ ਇਹਨਾਂ ਦੇ ਮੇਰੇ ਦੋਸਤ ਹੈਗੇ ਨਾ ਬਾਈ ਜੀ 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 ਭੈਣ, ਠੀਕ ਕਹਿ ਰਹੇ, ਇਹਨਾਂ ਦੇ ਵੀ ਰਿਸ਼ਤੇਦਾਰ ਹੈਗੇ ਨਾ ਜੀ ਜੀ, ਕੋਈ ਬੰਦਾ ਨੀ ਗੱਲ ਕਹਿ ਦੇਵੇ ਕਿ ਜਿਹਨੇ ਤੇ ਸਾਡੀ ਦੁਸ਼ਮਣੀ ਹੋਏ ਨਾ, ਤੇ ਪਾਈ ਵੀ ਇਹਨਾਂ ਨੇ ਆਈ ਦੁਸ਼ਮਣੀ ਮੇਰੇ ਨਾਲ ਜੀ ਜੀ, ਕੋਈ ਬੰਦਾ ਕਹਿ ਦੇਵੇ ਕਿ ਮੈਂ ਇਹਨਾਂ ਨੇ ਕਿਸੇ ਮਿਲਣ ਵਾਲੇ ਨੂੰ ਕਿਸੇ ਰਿਸ਼ਤੇਦਾਰ ਨੂੰ ਕੰਤੀ ਫਿੱਟੇ ਮੂੰਹ ਵੀ ਕਿਹਾ ਹੋਵੇ ਕਮਾਇਆ ਹੋਵੇ। ਸਹੀ ਹੈ ਬਾਈ ਜੀ, ਮੇਰੇ ਅੰਦਰ ਤਕਲੀਫ ਹੈ ਜਵੇਦ ਭੱਟ ਸਾਹਿਬ ਦੀ ਜੀ ਜੀ, ਨਾ ਉਹ ਲੜਾਈ ਆ ਤੇ ਨਾ ਕਦੀ ਲੜਾਈ ਚ ਆਏ ਜੀ, ਨਾ ਕਦੀ ਲੜਾਈ ਦਾ ਉਹਨਾਂ ਦਾ